Thank you.
ਅਊਜ਼ੁਬਿੱਲਾਹਿਮਿਨਸ਼ੈਤਾਨਿਰਰਜੀਮ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲੇ ਮੇਰੀ ਤਰਫੋਂ ਔਰ ਮੇਰੀ ਇਸ ਪੂਰੀ ਟੀਮ ਦੀ ਤਰਫੋਂ ਸਾਰੇ ਸਾਹਿਬਾਨਾਂ ਨੂੰ ਅਸਲਾਮ ਅਲੈਕੁਮ। ਬਾਦ ਸਲਾਮ। ਅੱਜ ਨੇ ਇਸ ਪ੍ਰੋਗਰਾਮ ਤੋਂ ਬਖੂਬੀ ਆਗਾਹ ਇੱਕ ਵਲੀ ਨੇ ਦਰਨ ਡਿਊਟੀ ਜਿਸ ਵਿੱਚ ਅਸਾਂ ਸਾਰੇ ਹਾਜ਼ਰ ਹੋਏ ਹਾਂ। ਜਿਤਨੇ ਵੀ ਸਾਹਿਬਾਨ ਦੂਰ ਦਰਾਜ ਇਲਾਕੇ ਚੋਂ ਤਸ਼ਰੀਫ ਆਵਰ ਹੋਏ ਸਾਰਿਆਂ ਕੀ ਵੈਲਕਮ ਜੀ ਆਇਆਂ ਨੂੰ। ਜਨਾਬ ਅੱਜ ਨੇ ਇਸ ਪ੍ਰੋਗਰਾਮ ਨਜ਼ਰ ਸਰਪ੍ਰਸਤੀ ਜਨਾਬ ਰਾਜਾ ਆਤੀਕਿਆਨੀ ਸਾਹਿਬ, ਰਾਜਾ ਸ਼ਫੀਕਿਆਨੀ ਸਾਹਿਬ, ਫਖਰੇ ਖਸਰੋ ਰਾਜਗਾਨ ਔਰ ਖਸੂਸੀ ਕਾਵਸ਼ ਹੈ ਜਿਹੜੀ ਜਨਾਬ ਰਾਜਾ ਤੋਕੀਰ ਕਿਆਨੀ ਸਾਹਿਬ ਯੂਕੇ ਔਰ ਸਾਡੇ ਭਾਈ ਨੰਬਰਦਾਰ ਅਮਜਦ ਸਾਹਿਬ ਯੂਕੇ, ਆਲ ਟੀਮ ਕਸ਼ਮੀਰ ਪਠਾਰ ਟੀਵੀ ਆਲ ਕਿਆਨੀ ਗਰੁੱਪ ਵੋਲਟਨ ਯੂਕੇ। ਦੋਸਤੋ, ਇਨਸਾਨ ਉਹ ਹੀ ਕੁਝ ਪੇਸ਼ ਕਰਨਾ ਜਿਤਨੀ ਉਸਨੇ ਬਸਾਤ ਹੋਣੀ ਜਾਂ ਜੋ ਕੁਝ ਉਸਕੀ ਸਮਝ ਹੋਣੀ, ਮੈਂ ਵੀ ਜੋ ਕੁਝ ਜਾਣਨਾ ਉਸਨੇ ਕੋਸ਼ਿਸ਼ ਗੁਜ਼ਾਰ ਕਰਨ ਦੀ ਕੋਸ਼ਿਸ਼ ਕਰਸਾਂ। ਮੇਰੇ ਨਾਲ ਜਨਾਬ ਅਜ਼ਮਤ ਪਠਾਰ ਜਨਾਬ ਹਾਜੀ ਮਿਰਜ਼ਾ ਨਾਜ਼ਕ ਸਾਹਿਬ ਜਿਹੜੇ ਕਿਸੇ ਵੀ ਤਾਰਫ ਦੇ ਮੁਹਤਾਜ ਨਹੀਂ ਹਨ, ਇਹ ਵੀ ਬਹੁਤ ਹੀ ਅੱਛੀਆਂ ਗੱਲਾਂ ਤੁਸਾਂ ਨੇ ਗੋਸ਼ੋ ਗੁਜ਼ਾਰ ਕਰ ਸਨ ਔਰ ਜੋ ਕੁਝ ਮੈਂ ਜਾਣਨਾ ਮੈਂ ਪੇਸ਼ ਕਰਸਾਂ। ਕਿਸੇ ਫਕੀਰ ਨਾ ਖਿਆਲ ਕਿ ਮੇਰੇ ਨਾਲੋਂ ਹਰ ਕੋਈ ਬਿਹਤਰ ਮੈਂ ਆਨੀ ਚ ਆਇਆ ਨਾ, ਥੋੜ੍ਹਾ ਬਹੁਤਾ ਸ਼ੇਰ ਸੋਹਣ ਦਾ ਕਾਟਾ ਵਾਦਾ ਜਾਣਾ। ਵਾਹ ਜੀ ਵਾਹ। ਆਏ ਬੱਚਿਆਂ
şüphemi anlar. Şahere malkul şurali atade. Oh,
ਆਤਿਸ਼ ਜ਼ਿੰਦਾ ਜ਼ਮੀਰ ਕਾ।
Thank you.
ਜਨਾਬ ਖਸੂਸੀ ਚੰਦ, ਜਨਾਬ ਚੌਧਰੀ ਅਫਤਾਬ ਯੂ ਕੇ ਕੰਡੋਰ ਆਜ਼ਾਦ ਕਸ਼ਮੀਰ ਦੇ ਤਲਕ, ਔਰ ਸੱਚ ਸ਼ੇਰ ਨਿਜਾਤ ਜਨਾਬ ਸੜੇ ਭਾਈ ਨਵਰਦਾਰ ਚੌਧਰੀ ਅਮਜਦ ਸਾਹਿਬ ਯੂ ਕੇ, ਔਰ ਤੋਕੀਰ ਗਿਆਨੀ ਸਾਹਿਬ, ਇਹਨਾਂ ਸਾਰੇ ਸਾਹਿਬਾਨਾਂ ਨੇ ਨਜ਼ਰ ਇੱਕ ਸ਼ੇਰ ਇੱਕ ਆਵਾਜ਼ ਦਿੱਤੀ, ਆਵਾਜ਼ ਕਿਹੜੀ ਆ ਕਿਆ ਕਿ ਸਰਵੇ ਦੋ ਜਹਾਨ ਜਨਾਬ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ, ਸਰਕਾਰ ਦੀ ਉਹ ਪਾਤਸ਼ਾਹ ਕਿ ਸਾਡੀਆਂ ਜ਼ਬਾਨਾਂ ਦੀ ਉਹ ਦੁਰ ਤਾਕਤ ਤੋਂ ਤੀਜ਼ੀ ਨਹੀਂ, ਬਤੌਰੇ ਹਾਜ਼ਰੀ ਇੱਕ ਦੋ ਦੋ ਰੁਪਾਈਆਂ ਸਾਡੀਆਂ ਦੀ ਨਜ਼ਰ ਕਰਦੇ ਹਾਂ।
ਤੇਰੇ ਦੇਸ਼ ਤੇ ਤੇਰੇ ਘਰਾਂ ਉੱਤੇ ਇੱਕ ਦੋ ਬੋਲ ਇੱਕ ਨਾਥ ਪਾਕ ਨੇ ਸਾਥੀਆਂ ਦੀ ਨਜ਼ਰ
जनाब चौधरी अफ्ताब साहब यूके और चौधरी डॉक्टर वकार साहब फखर थाती और भवन अक्सर असगर साहब कंडर अंसर साहब कंडर चौधरी आशिक साहब कंडर और चौधरी फैजान साहब थाती चौधरी साकब साहब पटाना इना साहबान नजर और साढ़े भाई मेरे नायक खास दोस्त जनाब यासर साहब जड़े की गजम मौजूद है उन्होंने नज़र जितने भी दूर दराज इलाके तो मेहमान आए सारे ने नज़र चंद बोल एक आवाज़ दी आवाज़ कड़ी आख्या हाजी वाह भाई चौधरी यूसफ साहब और चौधरी असद साहब अल मकीम सऊदी अरब
ਸਿੱਧਿਆ ਅਦਾਵਤਾਂ ਦਿੱਤੀਆਂ ਨੇ ਸਾਹਿਬ ਰੱਬ ਨੇ ਯੂਮੇ ਅਸਾਬ ਦੀਆਂ ਇੱਕ ਕਿਸੇ ਦੀਵਾਨੇ ਦਾ ਬੜਾ ਹੀ ਪਿਆਰਾ ਜਿਹਾ ਖਿਆਲ ਬੇਬਾ ਮਸਲਾ ਵਿੱਚ ਮੈਂ ਕਲਾਮ ਪੇਸ਼ ਕੀਤਾ ਇੱਕ ਆਵਾਜ਼ ਦਿੱਤੀ ਆਵਾਜ਼ ਕਿਹੜੀ ਆਖਿਆ ਕਿ ਸਾਰੇ ਨਬੀਆਂ ਤੇਰੇ ਤੇ ਦਰੂਦ ਤੇ ਸਲਾਮ ਸੋਹਣਿਆ ਸਾਰੇ ਨਬੀਆਂ ਦਾ
ਮਾਸ਼ਾਅੱਲਾ ਬੜੀ ਪਿਆਰੀ ਦਾਤ ਪਾਤ ਸਾਥੀਆਂ ਦੇ ਸਾਹਮਣੇ ਪੇਸ਼ ਹੋਈ। ਹੁਣ ਜਦ ਉਹ ਸਰਕਾਰ ਆਖੇ ਖੜੀ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਸਰਕਾਰ ਨੇ ਇੱਕ ਦੋ ਬੋਲ ਸਾਥੀਆਂ ਦੀ ਨਜ਼ਰ ਆਹ
Thank you.
ਸਾਥੀਆਂ ਦੀ ਨਜ਼ਰ ਰਲ ਪਾਣੀ ਗਈਆਂ
ਤੇ ਕੋਈ ਕੋਈ ਮੁੜਸੀ ਪਰ ਜਿਨ੍ਹਾਂ ਨੇ ਪਰ ਸਿਰ
ਰਾਜਾ ਤੋਕੀਰ ਕਿਆਨੀ ਹਾਲ ਮੁਕੀਮ ਯੂਕੇ ਉਹਨਾਂ ਦੀ ਮੁਹੱਬਤ ਨਾਲ ਲਾਹੌਰ ਚੌਧਰੀ ਨੰਬਰਦਾਰ ਅਮਜਦ ਸਾਹਿਬ ਹਾਲ ਮੁਕੀਮ ਯੂਕੇ ਉਹਨਾਂ ਦੀ ਮੁਹੱਬਤ ਵਿੱਚ ਪੜ੍ਹਨਾ ਜੀ ਇੱਕ ਦੋ ਬੋਲ ਫਿਰ ਥੋੜ੍ਹੀ ਜਿਹੀ ਸਾਜ਼ਾ ਨਹੀਂ ਸੈਟ ਹੁੰਦਾ ਔਰ ਜਿਸ ਤਰ੍ਹਾਂ ਦੋਸਤਾਂ ਦੀ ਮਰਜ਼ੀ ਹੋਈ ਇੱਕ ਦੋ ਬੋਲ ਦੋਸਤਾਂ ਦੀ ਨਜ਼ਰ ਤੇਰਾ ਜੇ ਪਾਣੀ
ਜੱਟ ਸਾਹਿਬ, ਸ਼ੇਖ ਨਵੀਦ ਸਾਹਿਬ, ਆਬਦ ਗਿਆਨੀ ਸਾਹਿਬ, ਤੁਸੀਫ ਗਿਆਨੀ ਸਾਹਿਬ, ਚੌਧਰੀ ਫਜ਼ਲ ਸਾਹਿਬ ਔਰ ਨੰਬਰਦਾਰ ਚੌਧਰੀ, ਅਮਜਦ ਸਾਹਿਬ, ਆਕਬ ਤਨਵੀਰ ਗਿਆਨੀ, ਇਹਨਾਂ ਦੀ ਮੁਹੱਬਤ ਨਾਲ ਇਹ ਸ਼ੇਰ ਦੇ ਸਾਥੀਆਂ ਦੀ ਨਜ਼ਰ ਕਰਨਾ। Thank you.
ਇਹ ਸ਼ੇਰ ਜਿਹੜਾ ਮੈਂ ਪੇਸ਼ ਕਰਨਾ, ਇਹ ਵੀ ਸਾਥੀਆਂ ਦੀ ਜਾਤ ਨਾਲ ਸਾਡੇ ਪਾਈਏ ਅਤੀਕ ਗਿਆਨੀ ਸਾਹਿਬ ਔਰ ਸ਼ਫੀਕ ਗਿਆਨੀ ਸਾਹਿਬ ਉਹਨਾਂ ਦੀ ਮੁਹੱਬਤ ਨਾਲ ਸ਼ੇਰ ਸੁਲਤਾਨ ਮਜਾਜ ਉਸਤਾਦ ਉਲ ਸ਼ੁਰਾ ਸ਼ਹਿਨਸ਼ਾਹ ਮਜਾਜ ਮਰਹੂਮ ਮਗਫੂਰ ਰਾਜਾ ਜ਼ਬਰਦ ਸਰਕਾਰ ਉਹਨਾਂ ਨਾਲ ਲਿਖਿਆ ਸਾਥੀਆਂ ਦੀ ਨਜ਼ਰ ਕਰਨਾ ਆਵਾਜ਼ ਕੀਤੀ ਆਖਿਆ ਨਜ਼ਰ ਜਨਾਬ ਰਾਜਾ ਅਤੇ ਗਿਆਨੀ ਸਾਹਿਬ ਰਾਜਾ ਸ਼ਫੀਕ ਗਿਆਨੀ ਫਖਰੇ ਕਸੂਰ ਰਜਲਾਨ
ਖਸੂਸੀ ਚਾਰ ਜਨਾਬ ਰਾਜਾ ਤੌਕੀਰ ਗਿਆਨੀ ਯੂਕੇ ਜਿਤਨੇ ਵੀ ਜਨਾਬ ਆਲ ਟੀਮ ਕਸ਼ਮੀਰ ਪਠਾਨ ਟੀਵੀ ਆਲ ਗਿਆਨੀ ਗਰੁੱਪ ਵੈਲਕਮ ਯੂਕੇ ਜਿਤਨੇ ਵੀ ਜਨਾਬ ਸਾਡੇ ਭਾਈ ਖਬਰਦਾਰ ਅੰਦਰ ਸਾਹਿਬ ਹੈ ਉਹਨਾਂ ਨਾਲ ਮਦਦ ਕਰਨ ਵਾਲੇ ਨੇ ਜਿਤਨੇ ਵੀ ਉਹਨਾਂ ਨਾਲ ਮਦਦ ਕਰਨ ਵਾਲੇ ਉਹਨਾਂ ਸਾਰੇ ਸਭ ਉਹਨਾਂ ਦੀ ਨਜ਼ਰ ਇੱਕ ਸ਼ੇਰ ਉਹ ਆਵਾਜ਼ ਦਿੱਤੀ ਆਵਾਜ਼ ਕਿਹੜੀ ਆਖਿਆ ਤੇ
ਸ਼ੇਰ ਕੀ ਫਰਮਾਇਸ਼ੀ ਸਿਲਸਿਲੇ ਮੈਂ ਪੇਸ਼ ਕਰਨਾ ਰਾਜਾ ਸਾਜਿਦ ਜ਼ਬੂਰ ਸਾਹਿਬ ਆਲਮਗੀਰ ਵਿਊ ਤੇ ਉਹਨਾਂ ਦੀ ਮੁਹੱਬਤ ਨਾਲ ਔਰ ਰਾਜਾ ਤੋਬੀਰ ਕਿਆਂ ਦੀ ਆਲਮਗੀਰ ਵਿਊ ਤੇ ਨੰਬਰਦਾਰ ਚੌਧਰੀ ਅਮਜਦ ਸਾਹਿਬ ਆਲਮਗੀਰ ਵਿਊ ਤੇ ਇਹਨਾਂ ਦੋਸਤਾਂ ਦੀ ਯਾਦ ਵਾਲੇ ਸ਼ੇਰ ਸਾਹਿਬ ਇਲਾਕਾ ਕੋਟ ਸੱਜਣ ਔਰ ਸਾਡੇ
ਸ਼ਹਿਜ਼ਾਦਾ ਵੀਰ ਜਨਾਬ ਚੌਧਰੀ ਯੂਸਫ ਸਾਹਿਬ ਸਾਊਦੀ ਅਰਬ ਕੈਮ ਵਜ਼ੀਰ ਹਨ ਔਰ ਉਹਨਾਂ ਨੇ ਦੋਸਤ ਜਨਾਬ ਚੌਧਰੀ ਅਸਦ ਸਾਹਿਬ ਇਹਨਾਂ ਸਾਰੇ ਸਹਿਮਾਨਾਂ ਦੀ ਨਜ਼ਰ ਇੱਕ ਆਵਾਜ਼ ਦਿੱਤੀ ਆਵਾਜ਼ ਕਿਹੜੀ ਆ ਕਿਆ Oh,
ਜਨਾਬ ਚੌਧਰੀ ਸਰੂਪ ਸਰੱਖੀ ਇਸ਼ਵਾਕ ਬਾਦਲ ਨੌਟਲਾ ਔਰ ਜਨਾਬ ਲਾਈਵ ਕਵਰੇਜ ਪੀ ਕੇ ਨਿਊਜ਼ ਜਨਾਬ ਸਾਜਨ ਮਕਸੂਦ ਸਾਹਿਬ ਔਰ ਸਾਡੇ ਭਾਈ ਇਜਾਜ਼ ਅਹਿਮਦ ਕਾਲੂ ਸਾਹਿਬ ਔਰ ਕਿਸਾ ਸ਼ੇਰ ਨਿਜਾਤ ਜਨਾਬ ਨਵਰਦਾਰ ਚੌਧਰੀ ਅਮਜਦ ਸਾਹਿਬ ਜੋ ਕਿ ਆਖਰੀ ਜਮਾਨੇ ਜੇ ਦੋ ਬੋਲ ਮੈਂ ਸਾਥੀਆਂ ਦੀ ਨਜ਼ਰ ਕਰਦਾ ਹਾਂ।